सब्सक्राइब करें हमारा ऑफिशियल यूट्यूब चैनल और बेल आइकन दबा कर पाएं सभी नोटिफिकेशन। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਮੈਚ ਵਨ ਨਿਊਜ਼। ਮੈਂ ਹਰਪ੍ਰੀਤ। ਵੇਲਾ ਹੋ ਗਿਆ ਪੰਜਾਬ ਐਕਸਪ੍ਰੈਸ ਦਾ। ਗੱਲ ਕਰਾਂਗੇ ਪੰਜਾਬ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਦੀ। ਵਾਧੇ ਪਹਿਲੀ ਖਬਰ ਵੱਲ। ਚੰਡੀਗੜ੍ਹ ਦੇ ਵਿੱਚ ਸੁਖਪਾਲ ਖਹਿਰਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਇਸ ਦੌਰਾਨ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਬੀਤੇ ਦਿਨੀ ਹੋਈ ਤਾਲਮੇਲ ਕਮੇਟੀ ਤੇ ਵੀ ਨਿਸ਼ਾਨਾ ਸਾਧਿਆ, ਜਿਸ ਦੇ ਵਿੱਚ ਖਹਿਰਾ ਨੂੰ ਮਨਾਉਣ ਦੀ ਗੱਲ ਕਹੀ ਗਈ ਸੀ। ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਇਹ ਤਰੀਕ ਜੇਕਰ ਉਹਨਾਂ ਨਾਲ ਸਹੀ ਅਤੇ ਆਨਰੇਬਲ ਤਰੀਕੇ ਦੇ ਨਾਲ ਗੱਲ ਨਹੀਂ ਕੀਤੀ ਗਈ ਤਾਂ ਉਹ ਇਸ ਲੜਾਈ ਨੂੰ ਹੋਰ ਵੀ ਅੱਗੇ ਲੈ ਕੇ ਜਾਣਗੇ। ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਲੜਾਈ ਦਾ ਢਾਂਚਾ 43 ਤੋਂ ਜ਼ਿਆਦਾ ਦੇਸ਼ਾਂ ਦੇ ਵਿੱਚ ਵੱਸ ਰਹੇ ਪੰਜਾਬੀਆਂ ਦੀ ਮਦਦ ਦੇ ਜ਼ਰੀਏ ਕਰਨਗੇ। ਲੁਧਿਆਣਾ ਦੇ ਵਿੱਚ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਲਿਫਟ ਦਾ ਉਦਘਾਟਨ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਬਜ਼ੁਰਗਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਹੁੰਦੀ ਸੀ, ਇਸੇ ਦੇ ਲਈ ਇਹ ਕਦਮ ਚੁੱਕਿਆ ਗਿਆ ਹੈ। ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਸਿਟੀ ਸੈਂਟਰ ਗੁਰੂ ਨਾਨਕ ਆਡੀਟੋਰੀਅਮ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, SC/ST ਦੇ ਸਾਬਕਾ ਚੇਅਰਮੈਨ ਅਤੇ MLA ਰਾਜਕੁਮਾਰ ਵੇਰਕਾ ਵੀ ਖਾਸ ਤੌਰ 'ਤੇ ਪਹੁੰਚੇ ਅਤੇ ਇਸ ਦੌਰਾਨ ਅੰਮ੍ਰਿਤਸਰ ਰੇਲ ਹਾਦਸੇ ਦੇ ਵਿੱਚ ਮਾਰੇ ਗਏ ਲੋਕਾਂ ਦੇ ਲਈ 2 ਮਿੰਟ ਦਾ ਮੌਨ ਵਰਤ ਵੀ ਰੱਖਿਆ ਗਿਆ। ਭਗਵਾਨ ਵਾਲਮੀਕਿ ਜੀ ਦਾ ਪ੍ਰਕਾਸ਼ ਪੁਰਬ ਜਿੱਥੇ ਪੂਰੇ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਹੈ, ਇਸੇ ਤਰ੍ਹਾਂ ਨਵਾਂ ਸ਼ਹਿਰ ਦੇ ਬੰਗਾ ਦੇ ਵਿੱਚ ਵੀ ਇਸ ਮੌਕੇ ਤੇ ਸ਼ੋਭਾ ਯਾਤਰਾ ਕੱਢੀ ਗਈ ਅਤੇ ਇਸ ਦੌਰਾਨ ਕਈ ਰਾਜਨੀਤਿਕ ਦਲਾਂ ਦੇ ਆਗੂ ਵੀ ਹਾਜ਼ਰ ਹੋਏ। ਉੱਥੇ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਵੀ ਉੱਥੇ ਪਹੁੰਚੇ। ਇਸ ਦੌਰਾਨ ਉਹਨਾਂ ਅੰਮ੍ਰਿਤਸਰ ਦੇ ਵਿੱਚ ਹੋਏ ਰੇਲ ਹਾਦਸੇ 'ਤੇ ਵੀ ਗੱਲ ਕੀਤੀ ਅਤੇ ਕਿਹਾ ਕਿ ਸਰਕਾਰ ਤੋਂ ਮ੍ਰਿਤਕਾਂ ਨੂੰ 1 ਕਰੋੜ, ਜ਼ਖਮੀਆਂ ਨੂੰ 50-50 ਲੱਖ ਅਤੇ 1 ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਕੀਤੀ ਅਤੇ ਨਾਲ ਹੀ ਆਰੋਪੀਆਂ ਨੂੰ ਸਖ਼ਤ ਸਜ਼ਾ ਦੇਣ ਨੂੰ ਵੀ ਕਿਹਾ। ਅਮਰੀਕੀ ਰਾਜਦੂਤ ਕੈਨੇਥ ਜਸਟਰ ਭਾਰਤ ਆਏ ਹਨ। ਇਸ ਦੌਰਾਨ ਉਹ ਪੰਜਾਬ ਪਹੁੰਚੇ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋਏ। ਉਹਨਾਂ ਦੇ ਨਾਲ SGPC ਦੇ ਅਧਿਕਾਰੀ ਵੀ ਸਨ। ਇਸ ਦੌਰਾਨ ਜਸਟਰ ਸ੍ਰੀ ਹਰਿਮੰਦਰ ਸਾਹਿਬ ਦਾ ਇਤਿਹਾਸ ਜਾਣਨ ਦੇ ਲਈ ਕਾਫੀ ਜ਼ਿਆਦਾ ਉਤਸ਼ਾਹਿਤ ਸਨ। ਇਸ ਦੌਰਾਨ ਜਸਟਰ ਲੰਗਰ ਹਾਲ ਵੀ ਗਏ ਅਤੇ ਪ੍ਰਸ਼ਾਦ ਬਣਾਉਣ ਦੀ ਸੇਵਾ ਵੀ ਕੀਤੀ। ਪਠਾਨਕੋਟ ਦੇ ਆਸ ਪਾਸ ਦੇ ਕਈ ਇਲਾਕਿਆਂ ਦੇ ਵਿੱਚ ਲੋਕਾਂ ਦੁਆਰਾ ਭਾਰਤੀ ਵਨ ਐਕਟ 1927 ਦੀ ਧਾਰਾ 32 ਅਤੇ 33 ਦੀ ਉਲੰਘਣਾ ਕੀਤੀ ਗਈ ਹੈ ਅਤੇ ਨਾਲ ਹੀ ਪ੍ਰਿਵੈਂਸ਼ਨ ਐਕਟ 1900 ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਅਣਦੇਖੀ, ਫੋਰੈਸਟ ਕੰਜ਼ਰਵੇਸ਼ਨ ਐਕਟ 1980 ਦੀ ਜਿਹਨਾਂ ਲੋਕਾਂ ਨੇ ਉਲੰਘਣਾ ਕੀਤੀਆਂ ਉਹਨਾਂ ਨੂੰ ਵਿਭਾਗ ਦੁਆਰਾ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਕਿਹਾ ਗਿਆ ਕਿ ਇਹਨਾਂ ਇਲਾਕਿਆਂ ਦੇ ਵਿੱਚ ਲੋਕ ਆਪਣੀ ਬਿਲਡਿੰਗ ਨਿਰਮਾਣ ਦਾ ਕੰਮ ਤੁਰੰਤ ਬੰਦ ਕਰ ਦੇਣ ਅਤੇ ਜੋ ਇਮਾਰਤਾਂ ਬਣਾਈਆਂ ਗਈਆਂ ਹਨ ਉਹਨਾਂ ਸਾਰੀਆਂ ਇਮਾਰਤਾਂ ਦੀ NOC ਵਿਭਾਗ ਤੋਂ ਲਈ ਜਾਵੇ ਅਤੇ ਅਜਿਹਾ ਨਾ ਕਰਨ ਦੀ ਸੂਰਤ ਦੇ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਣ ਦੀ ਗੱਲ ਵੀ ਕਹੀ ਗਈ ਹੈ। ਅਧਿਆਪਕਾਂ ਵੱਲੋਂ 17ਵੇਂ ਦਿਨ ਵੀ ਲਗਾਤਾਰ ਧਰਨਾ ਪ੍ਰਦਰਸ਼ਨ ਜਾਰੀ ਹੈ ਅਤੇ ਅੱਜ ਮਾਨਸਾ ਦੇ ਲੁਧਿਆਣਾ ਜ਼ਿਲ੍ਹੇ ਦੇ ਅਧਿਆਪਕ ਵੀ ਪਟਿਆਲਾ ਪਹੁੰਚੇ। ਅਧਿਆਪਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹਨਾਂ ਦਾ ਸੰਘਰਸ਼ ਇੱਦਾਂ ਹੀ ਜਾਰੀ ਰਹੇਗਾ ਅਤੇ ਉਹ ਸਰਕਾਰ ਦੇ ਲਾਰੇ ਲੱਪਿਆਂ ਦੇ ਵਿੱਚ ਹੁਣ ਨਹੀਂ ਆਉਣ ਵਾਲੇ। ਪਟਿਆਲਾ ਦੇ ਬਿਜਲੀ ਬੋਰਡ ਦੇ ਹੈੱਡ ਆਫਿਸ ਦੇ ਬਾਹਰ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਮਾਨ ਦੇ ਪ੍ਰਧਾਨ ਮਰਨ ਵਰਤ ਤੇ ਬੈਠੇ ਹਨ।
बिजली बोर्ड हेड ऑफिस के बाहर 3500 बेरोजगार लाइनमैन यूनियन मान वालों नौकरी दी मंगा नु लेके धरना प्रदर्शन किया गया। इस दौरान मन वर्त कारण बेरोजगार लाइनमैन यूनियन मान के प्रधान की तबीयत भी खराब हो गई, पर कोई भी प्रशासनिक अधिकारी मौके पर नहीं पहुंचा। इस दौरान उन्होंने यह भी कहा कि जेकर उन्होंने मंगा ना मनिया गई तो यह संघर्ष होर भी तेज होगा। जलंधर पंजाब पुलिस द्वारा बीते दिन फड़े गए कश्मीरी अतवादी यूसुफ भट्ट के पिता मुहम्मद रफीक भट्ट आज जलंधर पहुंचे और अपने बेटे नाल मिलन की कोशिश की, पर कुछ कारणों कारण पुलिस द्वारा उन्होंने मिलन नहीं दिता गया। इस दौरान मुहम्मद रफीक का कहना है कि उन्होंने बेटा बेकसूर है। बरनाला के पिंड ढिलवा के विच एक प्राइवेट क्लीनिक ते हेल्थ विभाग पटियाला के अधिकारियों ने छापेमारी की। दरअसल पुलिस को खबर मिली थी कि इस क्लीनिक ते लिंग निर्धारित टेस्ट किए जाते हैं अते मोटी रकम भी वसूली जाती है। पुलिस ने एक महिला पेशेंट की मदद नाल छापेमारी करके इस क्लीनिक का पर्दाफाश किया। इस दौरान पुलिस ने मौके पर एक व्यक्ति को भी काबू किया। फिलहाल पुलिस का कहना है कि मैडिकल धाराओं के तहत मामला दर्ज करके कार्रवाई की जाएगी। मुक्तसर पुलिस ने कुछ दिन पहला होए एक मर्डर की गुत्थी सुलझा लिया है। दरअसल कुछ दिन पहला ही पुलिस को सरहंद फीडर के एक नौजवान की लाश मिली थी। हुन पुलिस ने इस मामले के मृतक की माँ और उसके प्रेमी को गिरफ्तार किया है। पुलिस का कहना है कि लड़के की माँ ने ही अपने प्रेमी के नाल मिलकर अपने बेटे का कतल किया है और उसका गला घोट के उसे नहर के सुट दिता, क्योंकि वह उनके प्रेम संबंधों के रुकावट बन रहा है। पंजाब एक्सप्रेस दे विच हुंदे लई इन्ना ही, नवीं ताज़ा खबरां दे लई तुसीं बने रहो MH1 न्यूज़ दे नाल। सत श्री अकाल।